ਦੇਸ਼ ਦੁਨੀਆ 'ਚ ਮਹਿਲਾਵਾਂ ਹਰ ਖੇਤਰ 'ਚ ਅੱਗੇ ਵੱਧ ਰਹੀਆਂ ਨੇ, ਜਿਸ ਦੀ ਉਦਾਹਰਣ ਕਈ ਮਹਿਲਾਵਾਂ ਨੇ ਉੱਚ ਕੋਟੀ 'ਤੇ ਪਹੁੰਚ ਕੇ ਦਿੱਤੀ ਹੈ। ਪਰ ਅਫਸੋਸ, ਤਾਂ ਵੀ ਸਮਾਜ ਦੇ ਲੋਕ ਉਹਨਾਂ ਨੂੰ ਬੋਝ ਸਮਝ ਕੇ ਉਹਨਾਂ ਦਾ ਸਨਮਾਨ ਨਹੀਂ ਕਰਦੇ। ਪਰ ਬਠਿੰਡਾ 'ਚ ਔਰਤਾਂ ਦੇ ਸਨਮਾਨ ਹੇਤੂ ਮਹਿਲਾਵਾਂ ਵੱਲੋਂ ਵੁਮਨ ਡੇ ਦੇ ਮੌਕੇ 'ਤੇ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਆਈਆਂ ਹੋਈਆਂ ਮਹਿਲਾਵਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ 'ਤੇ ਵੱਖ ਵੱਖ ਖੇਤਰ ਤੋਂ ਆਈਆਂ ਹੋਈਆਂ ਔਰਤਾਂ ਨੇ ਆਪਣੇ ਆਪਣੇ ਵਿਚਾਰ ਵੀ ਰੱਖੇ। ਸਾਰਿਆਂ ਲਈ ਮੈਂ ਇਹੀ ਕਹਿਣਾ ਚਾਹੂੰਗੀ ਕਿ ਵਿਮੈਨਸ ਡੇ ਆਪਾਂ ਸੈਲੀਬ੍ਰੇਟ ਕਰਦੇ ਹਾਂ ਤਾਂ ਉਹ ਸਿਰਫ ਇੱਕ ਦਿਨ ਲਈ ਨਹੀਂ ਕਰਨਾ। ਵਿਮੈਨਸ ਡੇ ਸੈਲੀਬ੍ਰੇਟ ਅਸਲੀ ਉਦੋਂ ਹੋਊਗਾ ਜਦੋਂ ਆਪਾਂ ਔਰਤ ਦੀ ਸੋਚ ਨੂੰ ਉੱਪਰ ਆਉਣ ਦੇਵਾਂਗੇ। ਸਭ ਤੋਂ ਜ਼ਰੂਰੀ ਹੈ ਉਹਦੀ ਸੋਚ ਨੂੰ ਫਰੀਡਮ ਦੇਣਾ, ਉਹਦੇ ਜੋ ਓਪੀਨੀਅਨਸ ਦੀ ਰਿਸਪੈਕਟ ਕਰਨਾ, ਵੈਲਿਊ ਕਰਨਾ, ਫਿਰ ਹੀ ਅਸਲੀ ਵੁਮਨਹੁੱਡ ਨੂੰ ਹੈ ਜੋ ਆਪਣੀ ਸੈਲੀਬ੍ਰੇਸ਼ਨ ਹੋ ਸਕਦੀ ਹੈ। ਦੂਸਰਾ, ਮੈਂ ਥੈਂਕਸ ਕਰਨਾ ਚਾਹੂੰਗੀ ਨੀਰੂ ਬਾਂਸਲ ਦਾ, ਇਹਨਾਂ ਨੇ ਬਹੁਤ ਹੀ ਚੰਗਾ ਇਨੀਸ਼ੀਏਟਿਵ ਲਿਆ ਕਿ ਸਾਰੀਆਂ ਔਰਤਾਂ ਨੂੰ ਇਕੱਠਾ ਕਰਕੇ ਇਸ ਚੀਜ਼ ਨੂੰ ਅੱਗੇ ਲੈ ਕੇ ਆਉਣਾ, ਉਹਨਾਂ ਨੂੰ ਇੱਕ ਦੂਸਰੇ ਵਿੱਚ ਵਿਸ਼ਵਾਸ ਪੈਦਾ ਕਰਨਾ, ਜੋ ਕਿ ਬਹੁਤ ਹੀ ਚੰਗਾ ਹੈ। ਸੋ ਸ਼ਗੁਨ ਕ੍ਰੀਏਸ਼ਨਸ ਅਤੇ ਨੀਰੂ ਬਾਂਸਲ ਮੈਮ ਦਾ ਬਹੁਤ ਹੀ ਥੈਂਕਸ। ਜੇ ਸੱਚ ਪੁੱਛੋ ਤਾਂ ਮੈਂ ਸਮਝਦੀ ਨਹੀਂ ਕਿ ਹਾਲੇ ਤੱਕ ਜ਼ਿਆਦਾ ਕੋਈ ਜਾਗਰੂਕਤਾ ਆਈ ਹੈ, ਕਿਉਂਕਿ ਉਹ ਚੀਜ਼ ਜੋ ਹੈ ਹਾਲੇ ਤੱਕ ਵੀ ਕੰਟੀਨਿਊ ਹੋ ਰਹੀ ਹੈ। ਇਹ ਨਹੀਂ ਹੈ ਕਿ ਉਹ ਖਤਮ ਹੋ ਗਈ ਹੈ, ਹਾਲੇ ਵੀ ਸੋਚ ਉਹੀ ਹੈ। ਔਰ ਇਸ ਨੂੰ, ਕਿਉਂਕਿ ਇਹ ਸੋਚ ਬਹੁਤ ਡੀਪ ਰੂਟਡ ਹੈ, ਤਾਂ ਉਹ ਜੋ ਸੋਚ ਨੂੰ ਬਦਲਣ ਲਈ ਬਹੁਤ ਟਾਈਮ ਲੱਗੂਗਾ, ਔਰ ਉਹਦੇ ਲਈ ਹੀ ਆਈ ਥਿੰਕ ਔਰਤਾਂ ਨੂੰ ਹੀ ਅੱਗੇ ਆਉਣਾ ਪਊਗਾ। ਬਿਕੋਜ਼ ਔਰਤ ਦੀ ਬੋਡੀ ਹੈ, ਔਰਤ ਨੇ ਡਿਸਾਈਡ ਕਰਨਾ ਹੈ ਕਿ ਉਸਨੇ ਆਪਣਾ ਬੇਬੀ ਪੈਦਾ ਕਰਨਾ ਹੈ। ਉਹ ਕੁੜੀ ਜਾਂ ਮੁੰਡਾ, ਉਹਨੂੰ ਫਾਈਟ ਕਰਨਾ ਪਊਗਾ, ਚਾਹੇ ਉਹ ਸਮਾਜ ਹੈ, ਚਾਹੇ ਉਹਦੀ ਖੁਦ ਦੀ ਫੈਮਿਲੀ ਹੈ। ਇਹ ਜਿਹੜਾ ਸਖਤ ਕਦਮ ਔਰਤ ਨੂੰ ਚੁੱਕਣਾ ਪਊਗਾ। ਸੰਦੇਸ਼ ਇਹ ਕਿ ਸਰ, ਮੈਂ ਘਰ ਰਹਿ ਕੇ ਕਦੇ ਵੀ ਸੋਚ ਨਹੀਂ ਸਕਦੀ ਸੀ ਇਹ ਚੀਜ਼ਾਂ। ਇੱਕ ਲੇਡੀ ਅਗਰ ਥੋੜ੍ਹਾ ਬਾਹਰ ਨਿਕਲਦੀ ਹੈ, ਥੋੜ੍ਹਾ ਐਕਸਪੋਜ਼ਰ ਮਿਲਦਾ, ਤਾਂ ਕੁਛ ਵੀ ਕਰ ਸਕਦੀ ਹੈ। ਮੇਰੇ ਫਾਦਰ ਹਮੇਸ਼ਾ ਮੈਨੂੰ ਇਹ ਕਹਿੰਦੇ ਸੀ, ਤੂੰ ਬੇਟੀ ਨਹੀਂ ਹੈ, ਮੇਰਾ ਬੇਟਾ ਹੈ। ਮੈਨੂੰ ਪੁੱਤ ਕਹਿੰਦੇ ਸੀ, ਔਰ ਮੇਰੇ ਜਦੋਂ ਮੈਂ ਜਨਮ ਲਿੱਤਾ ਤਾਂ ਮੇਰੇ ਉਸ ਟਾਈਮ 'ਤੇ ਲੱਡੂ ਵੰਡੇ ਗਏ ਸੀ। ਬਟ ਮੈਨੂੰ ਕਦੇ ਉਹ ਮਹਿਸੂਸ ਨਹੀਂ ਹੋਇਆ ਸੀ ਕਿ ਮੈਂ ਉਹਨਾਂ ਲਈ ਕੁਛ ਕੀਤਾ ਹੈ। ਬਟ ਜਦੋਂ ਅੱਜ ਮੇਰੇ 50,000 ਤੋਂ ਲੈ ਕੇ 1,00,000 ਰੁਪਏ ਤੱਕ ਦਾ ਮੈਂ ਚੈੱਕ ਲੈ ਰਹੀ ਹਾਂ ਉਸ ਕੰਪਨੀ ਤੋਂ, ਔਰ ਮੈਂ 150 ਲੇਡੀਜ਼ ਨੂੰ ਅਰਨਿੰਗ ਦਾ ਮੌਕਾ ਦਿੱਤਾ, 150 ਲੇਡੀ ਜਿਹੜੀ ਹੈ ਮੇਰੀ ਤਰ੍ਹਾਂ ਕਮਾ ਰਹੀ ਹੈ, ਘਰੋਂ ਨਿਕਲ ਰਹੀ ਹੈ, ਤਾਂ ਮੈਨੂੰ ਲੱਗ ਰਿਹਾ ਕਿ ਅੱਜ ਮੈਂ ਇੱਕ ਫਰਜ਼ ਨਿਭਾਇਆ, ਇੱਕ ਲੇਡੀ ਹੋਣ ਦਾ, ਇੱਕ ਬੇਟਾ ਹੋਣ ਦਾ। ਮੈਨੂੰ ਅੱਛਾ ਲੱਗ ਰਿਹਾ ਕਿ ਮੈਂ ਲੋਕਾਂ ਨੂੰ ਲੀਡ ਕਰ ਰਹੀ ਹਾਂ, ਔਰ ਉਹਨਾਂ ਨੂੰ ਇੱਕ ਅੱਛੇ ਉਹ ਕਰ ਰਹੀ ਹਾਂ। ਇਹ ਕੰਮ ਲੇਡੀਜ਼ ਹੀ ਕਰ ਸਕਦੀਆਂ ਨੇ। ਟੱਪਰਵੇਅਰ ਕੰਪਨੀ ਜੋ ਹੈ, ਇਹ ਲੇਡੀਜ਼ ਇੰਪਾਵਰਮੈਂਟ ਲਈ ਹੈ, ਉਸ ਵਿੱਚ ਲੇਡੀਜ਼ ਹੀ ਇਹ ਕੰਮ ਕਰਦੀਆਂ ਨੇ, ਔਰ ਮੈਂ ਉਸੇ ਕੰਮ ਤੋਂ ਆਪਣੇ ਆਪ ਨੂੰ ਆਪਣੀ ਇੱਕ ਪਹਿਚਾਣ ਬਣਾਈ ਹੈ। ਥੈਂਕ ਯੂ ਸਰ। ਮੈਂ ਇਹ ਕਹਿਣਾ ਚਾਹਤੀ ਹੂੰ ਕਿ ਬੀਂਗ ਅ ਵੂਮੈਨ, ਐਜ਼ ਅ ਵੂਮੈਨ, ਆਪਕੇ ਅੰਦਰ ਜੋ ਹੈ ਉਸਕੋ ਬਾਹਰ ਨਿਕਾਲੋ। ਇਟਸ ਨੋਟ ਅਬਾਊਟ ਕਿ ਲੋਕ ਕਿਆ ਕਹੇਂਗੇ, ਲੋਕ ਕਿਆ ਕਰ ਰਹੇ ਹੈ, ਕਿਆ ਹੋ ਰਹਾ ਹੈ, ਆਪ ਕਿਸ ਫੈਮਿਲੀ ਮੈਂ ਪੈਦਾ ਹੋਇਆ, ਆਪਕੋ ਕਿਆ ਪ੍ਰੋਫੈਸ਼ਨ ਮਿਲਾ। ਇਹ ਕਿ ਆਪਨੇ ਆਪਣੇ ਆਪ ਕੋ ਕਹਾਂ ਪਹੁੰਚਾਇਆ। ਯੂ ਸ਼ੁੱਡ ਨੋਟ ਬੀ ਨੋਨ ਬਾਏ ਦ ਨੇਮ ਆਫ ਯੋਰ ਫਾਦਰ, ਫਾਦਰ ਇਨ ਲਾਅ। ਆਪਕੀ ਜੋ ਆਪਣੀ ਆਈਡੈਂਟੀ ਹੈ, ਹਰ ਇਨਸਾਨ ਮੈਂ ਕੁਛ ਨਾ ਕੁਛ ਸਪੈਸ਼ਲ ਹੋਤਾ, ਆਪ ਉਸਕੋ ਕੈਸੇ ਡਿਸਕਵਰ ਕਰੋਗੇ ਔਰ ਉਸਕੋ ਕੈਸੇ ਫੋਲੋ ਕਰੋਗੇ। ਬਹਾਨੇ ਜਿਤਨੇ ਮਰਜ਼ੀ ਬਣਾ ਲਓ, ਟਾਈਮ ਨਹੀਂ ਮਿਲਤਾ, ਜੋਬ ਹੈ, ਬੱਚੇ ਹੈ, ਸਭ ਕੇ ਹੈ। ਜੋ ਪ੍ਰਾਈਮ ਮਿਨਿਸਟਰ ਬਣੀ ਹੈ ਲੇਡੀਜ਼, ਉਨਕੇ ਵੀ ਥੇ। ਜੋ ਚਾਂਦ ਪੇ ਗਈ ਹੈ, ਉਨਕੇ ਵੀ ਥੇ। ਇਟ ਆਲ ਡਿਪੈਂਡਸ, ਆਪ ਉਸਕੋ ਆਪਣੇ ਪੈਸ਼ਨ ਕੋ ਕਿਤਨਾ ਫੋਲੋ ਕਰਤੇ ਔਰ ਆਪਣੇ ਲਈ ਕਿਤਨਾ ਜੀਤੇ। ਲੋੜ ਹੈ ਬੇਟੀਆਂ ਨੂੰ ਕੁੱਖ 'ਚ ਮਾਰਨ ਦੀ ਬਜਾਏ ਉਹਨਾਂ ਨੂੰ ਜਨਮ ਦੇ ਕੇ ਪੁੱਤਰਾਂ ਦੇ ਬਰਾਬਰ ਸਮਝ ਕੇ ਪੂਰੇ ਅਧਿਕਾਰ ਦੇਣ ਦੀ। ਬਠਿੰਡਾ ਤੋਂ ਕੁਲਬੀਰ ਬੀਰਾ ਦੀ ਰਿਪੋਰਟ।